ਗੁਰੂ ਗੋਬਿੰਦ ਤੋਂ ਖੜੇ ਕਾਕੇ ਲਾਗੋ ਪਾਏ, ਗੁਰੂ ਗੋਬਿੰਦ ਤੋਂ ਖੜੇ ਕਾਕੇ ਲਾਗੋ ਪਾਏ। ਬਲਿਹਾਰੀ ਗੁਰੂ ਆਪਨੇ ਗੋਬਿੰਦ ਦਿਓ ਬਤਾਏ, ਕਬੀਰਾ ਗੋਬਿੰਦ ਦਿਓ ਬਤਾਏ। ਯਹ ਤਨ ਵਿਸ਼ ਕੀ ਬੇਲਰੀ ਗੁਰੂ ਅੰਮ੍ਰਿਤ ਕੀ ਖਾ, ਯਹ ਤਨ ਵਿਸ਼ ਕੀ ਬੇਲਰੀ ਗੁਰੂ ਅੰਮ੍ਰਿਤ ਕੀ ਖਾਨ, ਸ਼ੀਸ਼ ਦਿਓ ਜੋ ਗੁਰੂ ਮਿਲੇ ਤੋ ਵੀ ਸਸਤਾ ਜਾਨ ਰੇ ਭਈਆ, ਤੋ ਵੀ ਸਸਤਾ ਜਾਨ। ਸਭ ਧਰਤੀ ਕਾਗਜ ਕਰੂੰ ਲੇਖਨ ਸਭ ਵਨ ਰਾਜ, ਸਭ ਧਰਤੀ ਕਾਗਜ ਕਰੂੰ ਲੇਖਨ ਸਭ ਵਨ ਰਾਜ, ਸਾਤ ਸਮੁੰਦਰ ਕੀ ਮਸੀ ਕਰੂੰ ਗੁਰਗੁਣ ਲਿਖਾ ਨਾ ਜਾਏ, ਕਬੀਰਾ ਗੁਰਗੁਣ ਲਿਖਾ ਨਾ ਜਾਏ। ਕਾ ਆਪਾ ਖੋਜ, ਐਸੀ ਵਾਣੀ ਬੋਲੀਏ ਮਨ ਕਾ ਆਪਾ ਖੋਜ, ਔਰਨ ਕੋ ਸੀਤਲ ਕਰੇ ਆਪ ਹੋ ਸੀਤਲ ਹੋਏ, ਆਪ ਹੋ ਸੀਤਲ ਹੋ। ਬੜਾ ਹੁਆ ਤੋ ਕਿਆ ਹੁਆ ਜੈਸੇ ਪੇੜ ਖਜੂਰ, ਬੜਾ ਹੁਆ ਤੋ ਕਿਆ ਹੁਆ ਜੈਸੇ ਪੇੜ ਖਜੂਰ, ਪੰਥੀ ਕੋ ਛਾਇਆ ਨਹੀਂ ਫਲ ਲਾਗੇ ਅਤਿ ਦੂਰ, ਭਈਆ ਫਲ ਲਾਗੇ ਅਤਿ ਦੂਰ। ਨਿੰਦਕ ਨਿਯਰੇ ਰਾਖੀਏ ਆਂਗਨ ਕੁਟੀ ਛਵਾਏ, ਨਿੰਦਕ ਨਿਯਰੇ ਰਾਖੀਏ
पारन कुटी छवाय। बिन पानी साबुन बिना निर्मल करे सुहाय कबीरा, निर्मल करे सुहाय। पूरा जो देखन मैं चला पूरा न मिलिया को, पूरा जो देखन मैं चला पूरा न मिलिया को। जो दिल खो जा अपना मुझसे बुरा न कोई कबीरा, मुझसे बुरा न को। सुमिरन सब करे सुख में करे न को, दुख में सुमिरन सब करे सुख में करे न को। जो सुख में सुमिरन करे तो दुख का है हो कबीरा, तो दुख का है हो। माटी कहे कुम्हार से तू क्यों रौंदे मोय, माटी कहे कुम्हार से तू क्यों रौंदे मोय। एक दिन ऐसा आएगा मैं रौंदूंगी तो रे भैया, मैं रौंदूंगी तो। पानी केरा बुदबुदा असमानस की जात, पानी केरा बुदबुदा असमानस की जात। देखत ही छुप जाएगा जो सारा परभात कबीरा, जो सारा परभात। चलती चक्की देख कर दिया कबीरा रोय, चलती चक्की देख कर दिया कबीरा रोय। दो पाटन के बीच में साबुत बचा न कोई कबीरा,
बुत बजान को। मालिन आवत देख के कलियन करे पुकार, मालिन आवत देख के कलियन करे पुकार। फूले फूले चुन लिए कली हमारी बार कबीरा, कली हमारी बार। मन के मते न चालिए, मन के मते अने, मन के मते न चालिए, मन के मते अनेक। जो मन पर अब सा नहीं ए साधु कोई एक कबीरा, ए साधु कोई एक। मनुआ तो पंछी भया उड़ के चला आकाश, मनुआ तो पंछी भया उड़ के चला आकाश। ऊपर ही ते गिर पड़ा या माया के पास रे भैया, या माया के पास। माया मुई ना मन मुआ मरी मरी गया शरीर, माया मुई ना मन मुआ मरी मरी गया शरीर। आशा कृष्णा नाम यो कह गया कबीर रे भाई। महाराज की जय। श्री सतगुरु सत सहजी महाराज की जय। सतगुरु साहब श्री गुरुदास जी महाराज की जय। सतगुरु साहब ब्रह्म सागर जी पुरी वाले महाराज की जय। श्री स्वामी संतराम जी महाराज की जय। श्री गुरुदेव महाराज की जय। श्री स्वामी नारदास महाराज की जय। सर्व संतों की जय। परम पूजनीय परम आदरणीय
ਸਤਿਗੁਰ ਬੰਦੀ ਸੋਚ ਸਾਹਿਬ ਅੰਮ੍ਰਿਤ ਬਾਣੀ ਸ੍ਰੀ ਦਰਬਾਰ ਸਾਹਿਬ ਦੀਆਂ ਦੀ ਅਵਤਾਰ ਇਸ ਨਗਰੀ ਵਿੱਚ ਅਵਤਾਰ ਧਾਰਨ ਕਰਕੇ ਇਸ ਨਗਰੀ ਨੂੰ ਪਰਮ ਤੀਰਥ ਬਣਾਉਣ ਬਾਰੇ ਦਰਬਾਰ ਲੱਗੇ ਸ਼ਿਵਰਾਤਰੀ ਦਾ ਸਮਾਗਮ ਸ਼ੁਰੂ ਹੋ ਰਿਹਾ ਹੈ। ਸਤਿਗੁਰੂ ਪੂਰਨੀ ਵਾਲੇ ਬ੍ਰਹਮ ਸਾਗਰ ਮਾਤਾ ਜੀ ਸਾਹਿਬ ਜੀ ਦੇ ਪਰਮ ਸ਼ਿਵ ਸਵਾਮੀ ਸੰਤ ਰਾਮ ਮਾਤਾ ਜੀ ਜਿਨ੍ਹਾਂ ਦੀ 47ਵੀਂ ਬਰਸੀ ਦਾ ਇਹ ਸਮਾਗਮ ਹੈ। ਇਸ ਸਮਾਗਮ ਵਿੱਚ ਵਰਦੀਸ਼ਵਰ ਮਹਾਰਾਜ ਜੀ ਅੰਮ੍ਰਿਤ ਬਾਣੀ ਦੇ 3 ਸ੍ਰੀ ਅਖੰਡ ਪਾਠ ਪ੍ਰਾਰੰਭ ਹੋ ਰਹੇ ਹਨ ਔਰ 2 ਸਹਿਜ ਪਾਠ ਜਿਹੜੇ ਕਿ ਗੁਰਦਾਸ ਸਥਾਨ ਦੇ ਛਤਰੀ ਸਾਹਿਬ ਦੇ ਵਿੱਚ ਪਹਿਲਾਂ ਹੀ ਸਹਿਜ ਰੂਪ ਦੇ ਵਿੱਚ ਪ੍ਰਾਰੰਭ ਹੋ ਚੁੱਕੇ ਹਨ। ਪਰਸੋਂ ਨੂੰ 5 ਸ੍ਰੀ ਬੰਦੀਸ਼ਵਰ ਮਹਾਰਾਜ ਜੀ ਅੰਮ੍ਰਿਤ ਬਾਣੀ ਦੇ 5 ਪਾਠਾਂ ਦੇ ਜਾਪ ਪੂਰਨ ਕੀਤੇ ਜਾਣਗੇ। ਪਰਸੋਂ ਨੂੰ ਬਰਸੀ ਸ਼ਿਵਰਾਤਰੀ ਦਾ ਸ਼ੁਭ ਦਿਨ ਹੈ, ਸ਼ਿਵਾ ਦਾ ਮਹਾਨ ਦਿਨ ਹੈ, ਜਿਸ ਨੂੰ ਸ਼ਿਵਰਾਤਰੀ ਕਰਕੇ ਉਚਾਰਨ ਕੀਤਾ ਜਾਂਦਾ ਹੈ। ਜਿਸ ਦਿਨ ਸ਼ਿਵ ਭਗਵਾਨ ਲੰਬੇ ਸਮੇਂ ਤੋਂ ਬਾਅਦ ਸਮਾਧੀਸਥ ਹੋ ਕੇ ਸ਼ਿਵਰਾਤਰੀ ਵਾਲੇ ਦਿਨ ਆਪਣੇ ਸਮਾਧੀ ਨੂੰ ਖੋਲ੍ਹਦੇ ਹਨ, ਉਹ ਸ਼ੁਭ ਦਿਨ ਜਿਹੜਾ ਹੈ ਪਰਸੋਂ ਹੈ। ਇਸ ਮੌਕੇ ਤੇ ਜਿੱਥੇ ਅਸੀਂ ਸਤਿਗੁਰੂ ਸਵਾਮੀ ਸੰਤ ਰਾਮ ਮਾਤਾ ਜੀ ਦੀ 47ਵੀਂ ਬਰਸੀ ਦਾ ਸਮਾਗਮ ਗੁਰਦੇਵ ਮਹਾਰਾਜ ਦੇ ਹੁਕਮ ਦੇ ਅਨੁਸਾਰ ਟਰੱਸਟ ਵੱਲੋਂ, ਪਿੰਡ ਵਾਸੀ ਸੰਗਤ ਵੱਲੋਂ,
ਬਾਹਰੋਂ ਆਈਆਂ ਹੋਈਆਂ ਸੰਗਤਾਂ ਵੱਲੋਂ ਸਭੀ ਮਿਲਕਰ ਮਨਾ ਰਹੇ ਹਾਂ। ਉੱਥੇ ਬੰਦੀਸ਼ਵਰ ਮਹਾਰਾਜ ਦੇ ਇਸ ਸਮਾਗਮ ਵਿੱਚ ਸਤਿਗੁਰ ਦੀ ਸੰਸਾਰ ਵਿੱਚ ਇਸ ਗੱਲਬਾਤ ਦੇ ਵਿੱਚ ਸਤਿਗੁਰ ਬਣ ਕੇ ਆਏ ਉਸ ਪ੍ਰਭੂ ਪਰਮਾਤਮਾ ਨੇ ਪ੍ਰਾਣੀਆਂ ਨੂੰ ਧਾਰਨ ਵਾਸਤੇ ਸਤਿਗੁਰ ਦਾ ਰੂਪ ਧਾਰਨ ਕੀਤਾ ਹੈ। ਚਾਰ ਯੁੱਗ ਹਨ, ਚਾਰਾਂ ਯੁੱਗਾਂ ਦੇ ਵਿੱਚ ਅਲੱਗ ਅਲੱਗ ਪੂਜਾ ਪੱਤੀਆਂ ਹਨ। ਸੱਤ ਯੁੱਗ ਸੱਤ ਤ੍ਰੇਤਾ ਯੁਗੀ ਦੁਆਪਰ ਪੂਜਾ, ਚਾਰ ਤਿੰਨੋ ਯੁੱਗ ਤਿੰਨੋ ਜਿਹੜੇ ਕਲ ਕੇਵਲ ਨਾਮ ਆਧਾਰ। ਸੱਤ ਯੁੱਗ ਦੇ ਵਿੱਚ ਸੱਤ ਨੂੰ ਧਾਰਨ ਕਰਨਾ ਪੈਂਦਾ ਸੀ, ਸਾਰਾ ਜੀਵਨ ਸੱਤ ਧਾਰਨ ਕਰਦੇ ਹੋਏ ਪ੍ਰਾਣੀ ਦੀ ਹਜ਼ਾਰਾਂ ਸਾਲਾਂ ਦੀ ਉਮਰ ਦੇ ਨਾਲ ਉਹਦੀ ਸੱਤ ਧਾਰਨ ਦੀ ਬਦੌਲਤ ਮੁਕਤ ਹੁੰਦੀ ਸੀ। ਤ੍ਰੇਤਾ ਯੁੱਗ ਦੇ ਵਿੱਚ ਜੋ ਹਵਨ ਜਗ ਹੈ, ਹਵਨ ਜਗ ਅਗਨੀ ਵਿੱਚ ਅਨੇਕ ਸ਼ੁੱਧ ਪਦਾਰਥ ਪਾ ਕੇ ਪ੍ਰਭੂ ਦਾ ਆਹਵਾਨ ਕਰਦੇ ਹੋਏ, ਦੇਵਤਿਆਂ ਦਾ ਆਹਵਾਨ ਕਰਦੇ ਹੋਏ ਹਵਨ ਜਗ ਹੁੰਦਾ ਹੈ। ਇਸੇ ਤਰ੍ਹਾਂ ਭੰਡਾਰਾ ਜਿਹੜਾ ਹੈ ਇਹ ਵੀ ਹਵਨ ਜਗ ਦੇ ਵਿੱਚ ਆ ਜਾਂਦਾ ਹੈ, ਕਿਉਂਕਿ ਹਰ ਆਤਮਾ ਦੀ ਜਠਰਾ ਅਗਨੀ ਨੂੰ ਭੋਜਨ ਪ੍ਰਾਪਤ ਹੁੰਦਾ ਹੈ। ਇਸ ਲਈ ਤ੍ਰੇਤਾ ਯੁੱਗ ਵਿੱਚ ਜਗ ਸਾਹਿਬ ਔਰ ਦੁਆਪਰ ਦੇ ਵਿੱਚ ਪੂਜਾ ਅਰਚਨਾ ਕਰਦਾ ਹੋਇਆ ਪ੍ਰਾਣੀ ਭਵ ਸਾਗਰ ਤੋਂ ਪਾਰ ਹੁੰਦਾ ਸੀ। ਬਹੁਤ ਲੰਬੀਆਂ ਹੋਈਆਂ ਥੀਆਂ। ਕਲਯੁੱਗ ਦੇ ਵਿੱਚ ਬੰਦੀਸ਼ਵਰ ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਹਨ, ਕਲਮੇ ਜੀਵਨ ਅਲਪ ਹੈ, ਹਰਿਓ ਮੇਗ ਸੰਹਾਰ, ਤਪ ਸਾਧਨ ਨਾ ਹੋ ਸਕੇ, ਕਲ ਕੇਵਲ ਨਾਮ ਆਧਾਰ। ਸਿਰਫ ਨਾਮ ਦਾ ਸਿਮਰਨ ਕਰਦੇ ਹੋਏ ਪਾਪੀ ਤੋਂ ਪਾਪੀ ਪ੍ਰਾਣੀ ਜਿੱਥੇ ਬਹੁਤ ਗਲਤੀਆਂ ਵੀ ਹੋ ਸਕਦੀਆਂ ਹਨ, ਬਹੁਤ ਕਮੀਆਂ ਗੁਨਾਹ ਹੋ ਸਕਦੇ ਹਨ, ਉਹ ਵੀ ਪ੍ਰਭੂ ਦਾ ਨਾਮ ਸਿਮਰਨ ਕਰਵਾਸ ਕਰਕੇ ਭਵ ਸਾਗਰ ਤੋਂ ਤਾਰ ਹੋ ਪਾਰ ਹੋ ਸਕਦਾ ਹੈ। ਕਿਉਂਕਿ ਸਤਿਗੁਰੂ ਗਰੀਬ ਦਾਸ ਮਹਾਰਾਜ ਜੀ ਕਹਿੰਦੇ ਹਨ, ਕਪਟੀ ਲਪਟੀ ਲੋਭੀ ਮਾਇਆ ਸੁਮਰੇ, ਤਾਸੇ ਕਰ ਲੈ ਪ੍ਰੀਤ ਨਾਮ ਦਰ ਉਮਰੇ। ਕਹਿੰਦੇ ਕਪਟੀ ਲਪਟੀ ਲੋਭੀ ਹੋਵੇ, ਔਗਣਾਂ ਦਾ ਭਰਿਆ ਹੋਇਆ ਹੋਵੇ, ਫਿਰ ਉਹ ਸੰਗਤ ਪ੍ਰਾਪਤ ਕਰਕੇ ਪ੍ਰਭੂ ਦੇ ਨਾਮ ਨਾਲ ਜੁੜ ਜਾਵੇ,
ਤਾਂ ਉਹਦੇ ਪਿਛਲੇ ਔਗਣ ਜਿਹੜੇ ਹਨ ਉਹਨਾਂ ਵੱਲ ਇਹ ਪ੍ਰਾਣੀ ਇਹ ਹੰਸ ਤੂੰ ਉਹਨਾਂ ਵੱਲ ਨਾ ਦੇਖੀ ਜੇ ਉਹ ਨਾਮ ਨਾਲ ਜੁੜ ਗਿਆ ਤਾਂ ਉਹਦੇ ਨਾਲ ਤੂੰ ਪ੍ਰੀਤ ਕਰ ਕਿਉਂਕਿ ਉਹ ਸਹਿਤ ਦੇ ਨਾਮ ਨਾਲ ਪਵਿੱਤਰ ਹੋ ਗਿਆ। ਦਾਨੀ ਗਿਆਨੀ ਦਾਤਾ ਨਾਮ ਨਾ ਜਾਣ ਹੀ ਜਾ ਕੇ ਸਿਰ ਪਰਮਾਰ ਬੀਸ ਦਸ ਪਾਣੀ ਕਹਿੰਦੇ ਦਾਨੀ ਹੋਵੇ ਗਿਆਨੀ ਹੋਵੇ ਬਹੁਤ ਗੁਣਾਂ ਵਾਲਾ ਹੋਵੇ ਲੇਕਿਨ ਸਹਿਤ ਦਾ ਨਾਮ ਨਾ ਸਿਮਰਨ ਕਰਦਾ ਹੋਵੇ ਕਹਿੰਦੇ ਉਹਦੇ ਨਾਲ ਪ੍ਰੀਤ ਨਾ ਕਰ। ਦਸ ਬੀਸ ਜਾ ਕੇ ਸਿਰ ਪਰਮਾਰ ਬੀਸ ਦਸ ਪਾਣੀ ਦਸ ਵੀ ਕਹਿੰਦੇ ਦੁਨੀਆਂ ਵਿਸ਼ਾਲ ਸਿੱਖ ਮਹਾਰਾਜ ਪ੍ਰੀਤ ਨਾ ਕਰ। ਇਸ ਲਈ ਨਾਮ ਦੀ ਮਹਿਮਾ ਕਲਯੁਗ ਦੇ ਵਿੱਚ ਸਭ ਤੋਂ ਸ੍ਰੇਸ਼ਟ ਹੈ। ਸਭ ਧਰਮਾਂ ਨੇ ਸ੍ਰੇਸ਼ਟ ਧਰਮ ਹਰ ਕਾ ਨਾਮ ਜਪ ਨਿਰਮਲ ਕਰਮ। ਇਸ ਲਈ ਇਸ ਕਲਯੁਗ ਦੇ ਵਿੱਚ ਸਤਿਗੁਰ ਦਾ ਅਵਤਾਰ ਹੋਇਆ ਹੈ। ਸਤਿਗੁਰ ਦੇ ਅਵਤਾਰ ਸਤਿਗੁਰ ਜੀ ਨੇ ਨਾਮ ਪ੍ਰਾਣ ਦੇ ਹਿਰਦੇ ਵਿੱਚ ਦ੍ਰਿੜ ਕਰਾਇਆ ਹੈ। ਉਹ ਜੋ ਸਵਾਮੀ ਸੰਤ ਰਾਮਾ ਜੀ ਦੀ ਦਰਸੀ ਦੇ ਉੱਪਰ ਇਸ ਦਰਬਾਰ ਵਿੱਚ ਸਮਾਗਮ ਹੋ ਰਿਹਾ ਹੈ ਇਹ ਸਮਾਗਮ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਸਤਿਗੁਰ ਸਾਹਿਬ ਸ੍ਰੀ ਦਾਸ ਮਹਾਰਾਜ ਜੀ ਸਤਿਗੁਰ ਸਾਹਿਬ ਹੋਲੀ ਵਾਲੇ ਬ੍ਰਹਮ ਸਾਗਰ ਮਹਾਰਾਜ ਜੀ ਨਾਲ ਸੰਬੰਧਿਤ ਹੈ ਕਿਉਂਕਿ ਬਾਣੀ ਹੀ ਸਭ ਕੁਛ ਹੈ। ਬਾਣੀ ਹੀ ਸਰਵਸ੍ਰੇਸ਼ਟ ਹੈ। ਬਾਣੀ ਹੀ ਸਤਿਗੁਰ ਦਾ ਰੂਪ ਹੈ। ਬਾਣੀ ਦੇ ਵਿੱਚ ਹੀ ਸਭ ਕੁਛ ਵੇਦ ਖੁੱਲ੍ਹੇ ਹੋਏ ਹਨ। ਇਸ ਲਈ ਬਾਣੀ ਜੋ ਦਰਬਾਰ ਸਾਹਿਬ ਹੈ ਇਹ ਤਿੰਨਾਂ ਹੀ ਸਤਿਗੁਰਾਂ ਦੇ ਰੂਪਾਂ ਦੇ ਨਾਲ ਸੰਬੰਧ ਰੱਖਦਾ ਹੈ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨੇ ਆਪਣੇ ਦੂਸਰੇ ਅਵਤਾਰ ਨੂੰ ਪ੍ਰਗਟ ਹੋ ਕੇ ਆਸ਼ੀਰਵਾਦ ਦਿੱਤੇ ਉੱਥੋਂ ਇਹ ਬਾਣੀ ਦੀ ਰਚਨਾ ਸ਼ੁਰੂ ਹੋਈ। ਦੂਸਰੇ ਅਵਤਾਰ ਵਿੱਚ ਬਾਣੀ ਦੀ ਰਚਨਾ ਹੋਈ ਫਿਰ ਤੀਸਰੇ ਅਵਤਾਰ ਵਿੱਚ ਸਤਿਗੁਰੂ ਜੀ ਨੇ ਇਸ ਬਾਣੀ ਨੂੰ ਪ੍ਰਗਟ ਕੀਤਾ। ਇਸ ਲਈ ਤਿੰਨੇ ਅਵਤਾਰ ਬਾਣੀ ਦੇ ਨਾਲ ਜੁੜੇ ਹੋਏ ਹਨ। ਇਹ ਬਾਣੀ ਤਿੰਨਾਂ ਹੀ ਅਵਤਾਰਾਂ ਦੀ ਕਿਰਪਾ ਪ੍ਰਸ਼ਾਦ ਹੈ ਆਸ਼ੀਰਵਾਦ ਹੈ ਜਿਸ ਦੀ ਬਦੌਲਤ ਸਾਨੂੰ ਇਹ ਅਤਿ ਉੱਤਮ ਪ੍ਰਾਣੀ ਬਾਣੀ ਜਿਹੜੀ ਪ੍ਰਾਪਤ ਹੋਈ ਹੈ। ਇਸ ਬਾਣੀ ਦਾ ਸਤਸੰਗ ਔਰ ਸਤਿਗੁਰਾਂ ਦੀ ਅਵਤਾਰ ਕਥਾ ਸਤਿਗੁਰ ਕਿਸ ਤਰ੍ਹਾਂ ਕਲਯੁਗ ਦੇ ਵਿੱਚ ਪ੍ਰਗਟ ਹੋਏ ਉਹਨਾਂ ਦੀ ਕਿਆ ਕਿਆ ਲੀਲਾ ਹੈ ਕਿਸ ਤਰ੍ਹਾਂ ਕਰਕੇ ਪ੍ਰਾਣੀਆਂ ਨੂੰ ਉਹਨਾਂ ਨੇ ਤਾਰਿਆ ਹੈ ਇਹ ਕਥਾ ਇਸ ਸਮਾਗਮ ਦੇ ਵਿੱਚ ਕਿੰਨੇ ਦਿਨ ਚੱਲਦੀ ਰਹਿਣੀ ਹੈ।
ਸਤਸੰਗ ਜਿਹੜਾ ਹੈ ਟਾਈਮ ਸਿਰ ਟਾਈਮ ਟੇਬਲ ਲਿਖਿਆ ਗਿਆ ਇਸ਼ਤਿਹਾਰਾਂ ਵਿੱਚ ਦਿੱਤਾ ਗਿਆ ਹੈ ਉਸਦੇ ਮੁਤਾਬਕ ਸਤਿਗੁਰੂ ਅਵਤਾਰ ਅਰਥਾਤ ਸਤਸੰਗ ਜਿਹੜਾ ਹੋਵੇਗਾ ਜਿਸ ਵਿੱਚ ਪ੍ਰਾਣੀ ਨੂੰ ਇਸ ਬਾਣੀ ਦੇ ਮੁਤਾਬਕ ਜੋ ਸਤਿਗੁਰਾਂ ਦਾ ਅਵਤਾਰ ਹੋਇਆ ਉਹਨਾਂ ਦੀ ਲੀਲਾ ਹੋਈ ਜੋ ਇਸ ਬਾਣੀ ਸਤਿਗੁਰਾਂ ਨੇ ਖੁਦ ਦਰਜ ਕੀਤੀ ਹੈ ਉਸਦਾ ਹੀ ਬਿਆਨ ਕੀਤਾ ਜਾਵੇਗਾ। ਇਸ ਲਈ ਸਤਿਗੁਰਾਂ ਦੇ ਪ੍ਰਤੀ ਸਾਡੀ ਦ੍ਰਿੜ ਭਗਤੀ ਬਣ ਜਾਵੇ, ਸਾਡੇ ਸ਼ੰਕੇ ਦੂਰ ਹੋ ਜਾਣ, ਭਰਮ ਦੂਰ ਹੋ ਜਾਣ, ਸਤਿਗੁਰਾਂ ਦੇ ਪ੍ਰਤੀ ਸਾਡੇ ਹਿਰਦੇ ਦੀ ਸੱਚੀ ਸੁੱਚੀ ਭਗਤੀ ਬਣ ਜਾਵੇ। ਇਸ ਦੇ ਲਈ ਇਹ ਸਮਾਗਮ ਜਿਹੜਾ ਹੈ ਜਿੱਥੇ ਸਿੰਘਾਂ ਪਾਠ ਸ਼ੁਰੂ ਕੀਤੇ ਹਨ ਉੱਥੇ ਸਤਿਗੁਰ ਦੀ ਅਵਤਾਰ ਕਥਾ ਸਤਸੰਗ ਜਿਹੜਾ ਨਾਲ ਨਾਲ ਚੱਲੇਗਾ। ਬਹੁਤ ਲੋਕਾਂ ਦਾ ਕਹਿਣਾ ਹੋਇਆ ਕਿ ਅਖੰਡ ਪਾਠ ਵਿੱਚ ਸਤਿਗੁਰ ਜੀ ਕਿਆ ਬਿਆਨ ਕਰ ਰਹੇ ਹਨ ਇਸ ਦੀ ਸਮਝ ਨਹੀਂ ਆਉਂਦੀ ਹੈ, ਇਸ ਲਈ ਸਮਝਾਉਣ ਦੀ ਲੋੜ ਹੈ। ਇਸ ਵਾਸਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਔਰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਸਾਡੇ ਮਨ ਦੇ ਸ਼ੰਕੇ ਭਰਮ ਦੂਰ ਹੋ ਕੇ ਫਿਰ ਦੇ ਸੱਚੀ ਭਗਤੀ ਪ੍ਰਗਟ ਹੋ ਜਾਏਗੀ, ਕਿਉਂਕਿ ਸ਼ੰਕਿਆਂ ਦੇ ਵਿੱਚ ਹੀ ਪ੍ਰਾਣੀ ਸਤਿਗੁਰਾਂ ਤੋਂ ਵਿਛੜ ਜਾਂਦਾ ਹੈ। ਥੋੜ੍ਹਾ ਜਿਹਾ ਸ਼ੰਕਾ ਮਨ ਦੇ ਨਾਲ ਸਾਰੇ ਜੀਵਨ ਦੀ ਭਗਤੀ ਵਿਅਰਥ ਹੋ ਜਾਂਦੀ। ਇਸ ਲਈ ਇਹ ਭਰੋਸਾ, ਇੱਕ ਬਲ, ਇੱਕ ਆਸ, ਵਿਸ਼ਵਾਸ, ਇੱਕ ਰਾਮ ਗਨ ਸ਼ਾਮ ਚਾਤਕ ਤੁਲਸੀਦਾਸ ਸਤਿਗੁਰਾਂ ਦੇ ਪ੍ਰਤੀ ਇੱਕ ਦ੍ਰਿੜ ਭਰੋਸਾ ਨੀਚਾ ਜਿਸਦਾ ਬਣ ਜਾਵੇ ਉਸਦੀ ਭਗਤੀ ਸ਼ੁੱਧ ਹੁੰਦੀ ਹੈ। ਵਰਨਾ ਲੱਖ ਯਤਨ ਕੀਤੇ ਜਾਣ ਜਾਣੇ ਬਿਨਾਂ ਨਾ ਹੋਏ ਪ੍ਰਤੀਤੀ, ਬਿਨ ਪ੍ਰਤੀਤ ਨਾ ਹੋਏ ਪ੍ਰੀਤੀ, ਪ੍ਰੀਤ ਬਿਨਾਂ ਨਹੀਂ ਭਗਤੀ ਦਰਾਈ, ਜੋ ਖੰਗੇਸ਼ ਜਲ ਕੇ ਚਿਕਨਾਈ। ਸ਼੍ਰੀ ਰਾਮ ਚੰਦਰ ਮਾਨਸ ਦੇ ਵਿੱਚ ਗੁਰੂ ਸਾਹਿਬ ਤੁਲਸੀਦਾਸ ਮਹਾਰਾਜ ਕਹਿੰਦੇ ਹਨ ਕਿ ਜਦੋਂ ਤੱਕ ਅਸੀਂ ਸਤਿਗੁਰਾਂ ਨੂੰ ਸਹੀ ਰੂਪ ਦੇ ਵਿੱਚ ਜਾਣਦੇ ਨਹੀਂ ਉਦੋਂ ਤੱਕ ਸਾਡੀ ਪ੍ਰਤੀਤੀ ਵਿਸ਼ਵਾਸ ਨਿਸ਼ਚਾ ਨਹੀਂ ਬਣ ਸਕਦਾ। ਬਿਨਾਂ ਨਿਸ਼ਚੈ ਬਣੇ ਤੋਂ, ਬਿਨਾਂ ਵਿਸ਼ਵਾਸ ਹੋਏ ਤੋਂ ਸਾਨੂੰ ਪ੍ਰੀਤ ਜਿਹੜੀ ਪ੍ਰਾਪਤ ਨਹੀਂ ਹੋ ਸਕਦੀ, ਪ੍ਰੇਮ ਨਹੀਂ ਮਿਲ ਸਕਦਾ। ਜਾਣੇ ਬਿਨਾਂ ਨਾ ਹੋਏ ਪ੍ਰਤੀਤੀ, ਬਿਨ ਪ੍ਰਤੀਤ ਨਾ ਹੋਏ ਪ੍ਰੀਤੀ, ਪ੍ਰੇਮ ਜਿਹੜਾ ਹੈ ਪ੍ਰੀਤ ਵਿਸ਼ਵਾਸ ਤੋਂ ਬਗੈਰ ਨਹੀਂ ਬਣਦੀ। ਵਿਸ਼ਵਾਸ ਬਣਦਾ ਹੈ ਜਦੋਂ ਅਸੀਂ ਸਹੀ ਰੂਪ ਦੇ ਵਿੱਚ ਸਤਿਗੁਰ ਦੇ ਸਰੂਪ ਨੂੰ ਜਾਣ ਲਈਏ,
ਸਤਿਗੁਰਾਂ ਦੀ ਬਾਣੀ ਵਿੱਚ ਕਿਆ ਸਰੂਪ ਬਿਆਨ ਹੋ ਰਿਹਾ ਹੈ ਉਹਨੂੰ ਜਾਣ ਲਈਏ, ਤਦ ਜਾ ਕੇ ਸਾਡਾ ਨਿਸ਼ਚਾ ਬਣੇਗਾ, ਫਿਰ ਪ੍ਰੇਮ ਪ੍ਰਗਟ ਹੋਵੇਗਾ ਸਤਿਗੁਰਾਂ ਦੇ ਪ੍ਰਤੀ। ਪ੍ਰੀਤ ਬਿਨਾਂ ਨਹੀਂ ਭਗਤੀ ਚੜਾਈ, ਅਗਰ ਪ੍ਰੇਮ ਨਹੀਂ ਹੈ ਤਾਂ ਭਗਤੀ ਨਹੀਂ ਹੋ ਸਕਦੀ। ਭਗਤੀ ਕਰੇ ਬਿਨ ਭਾਵਰੇ ਸੋ ਪਾਉਣੇ ਕਾਜਾ, ਕਿਸ ਕੰਮ ਦੀ ਭਗਤੀ ਹੈ ਬਗੈਰ ਪ੍ਰੇਮ ਤੋਂ ਬਗੈਰ ਭਾਵਨਾ ਤੋਂ। ਇਸ ਲਈ ਪ੍ਰੀਤ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ, ਭਗਤੀ ਤੋਂ ਬਗੈਰ ਜੀਵ ਦਾ ਛੁਟਕਾਰਾ ਨਹੀਂ ਹੋ ਸਕਦਾ। ਇਸ ਲਈ ਉਹ ਭਗਤੀ ਬਗੈਰ ਪ੍ਰੇਮ ਤੋਂ ਐਸੀ ਹੈ ਜਿੱਦਾਂ ਜਲ ਦੇ ਉੱਤੇ ਚਿਕਨਾਈ, ਖੜਾ ਜਲ ਛੱਪੜ ਦੇ ਵਿੱਚ ਤਲਾਬ ਦੇ ਵਿੱਚ ਜਲ ਖੜਾ ਹੈ, ਸਮਾਂ ਮਹੀਨਾ ਦੋ ਮਹੀਨਾ ਮੀਂਹ ਜਾਣ ਤੋਂ ਬਾਅਦ ਜਲ ਦੇ ਉੱਤੇ ਇੱਕ ਤਹਿ ਬਣ ਜਾਂਦੀ ਹੈ ਹਰੀ ਹਰੀ, ਉਸਨੂੰ ਜਲ ਦੀ ਚਿਕਨਾਈ ਕਹਿੰਦੇ ਹਨ। ਉਹ ਤਹਿ ਦੇਖਣ ਤੋਂ ਪਤਾ ਚੱਲਦਾ ਹੈ ਕਿ ਇਹ ਜਲ ਜਿਹੜਾ ਹੈ ਬਿਲਕੁਲ ਖਰਾਬ ਹੋ ਗਿਆ, ਲੇਕਿਨ ਉਹ ਚਿਕਨਾਈ ਉਹ ਹਰਿਆਈ ਜਿਹੜੀ ਹੈ ਜਲ ਦੇ ਉੱਪਰ ਉਹ ਜਲ ਤੋਂ ਅਲੱਗ ਹੈ। ਅਗਰ ਹੱਥ ਨਾਲ ਜਿਹੜਾ ਮਿਲਾਈਏ ਤਾਂ ਅਲੱਗ ਹੋ ਜਾਂਦੀ, ਜਲ ਅਲੱਗ ਹੈ, ਦੇਖਣ ਮਾਤਰ ਨੂੰ ਲੱਗਦੀ ਹੈ ਕਿ ਜਲ ਨੂੰ ਉਸਨੇ ਖਰਾਬ ਕੀਤਾ ਹੈ, ਲੇਕਿਨ ਉਹ ਚਿਕਨਾਈ ਜਲ ਦੇ ਉੱਪਰ ਹੈ ਉਹਦੇ ਵਿੱਚ ਨਹੀਂ। ਇਸੀ ਤਰ੍ਹਾਂ ਬਗੈਰ ਪ੍ਰੇਮ ਤੋਂ ਜਿਹੜੀ ਭਗਤੀ ਹੈ ਉਹ ਸਾਡੀ ਆਤਮਾ ਤੋਂ ਲਹਿ ਰਹੀ ਹੈ, ਮੂੰਹ ਨਾਲ ਕੋਈ ਬੋਲੀ ਜਾਵੇ, ਹੱਥਾਂ ਪੈਰਾਂ ਨਾਲ ਜਿਹੜਾ ਕਰੀ ਜਾਵੇ, ਕੁਛ ਵੀ ਕਰੀ ਜਾਵੇ, ਟੱਗੀ ਦੌੜੀ ਜਾਵੇ, ਪੀਰ ਸਾਹਮਣੇ ਘੁੰਮੀ ਜਾਵੇ, ਜਦੋਂ ਤੱਕ ਆਤਮਾ ਦੇ ਅੰਦਰ ਨਿਸ਼ਚਾ ਭਰੋਸਾ ਨਹੀਂ ਬਣਦਾ, ਆਤਮਾ ਕਰਕੇ ਅਸੀਂ ਪ੍ਰਭੂ ਨੂੰ ਨਹੀਂ ਜਾਣਦੇ, ਉਦੋਂ ਤੱਕ ਭਗਤੀ ਕੈਸੀ ਹੈ, ਬੇਕਾਰ ਹੈ। ਇਸ ਲਈ ਜਾਣਨਾ ਜ਼ਰੂਰੀ ਹੈ। ਜਾਣਨ ਵਾਸਤੇ ਸਾਨੂੰ ਸਤਿਗੁਰਾਂ ਦੀ ਬਾਣੀ ਦੀ ਓਟ ਲੈਣੀ ਪਵੇਗੀ। ਬਾਣੀ ਸਤਿਗੁਰਾਂ ਦੀ ਕਿਆ ਕਹਿ ਰਹੀ ਹੈ ਇਸ ਦੇ ਬਾਰੇ ਵਿਚਾਰ ਕੀਤਾ ਜਾਵੇ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਦੇ ਸਹੀ ਸਰੂਪ ਨੂੰ ਗਰੀਬ ਦਾਸ ਮਹਾਰਾਜ ਜੀ ਨੇ ਪ੍ਰਗਟ ਕੀਤਾ ਹੈ, ਜੋ ਸਹੀ ਸਰੂਪ ਹੈ ਉਸਨੂੰ ਪ੍ਰਗਟ ਕੀਤਾ ਹੈ। ਉਸ ਸਰੂਪ ਨੂੰ ਜਾਣ ਲੈਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਗਰੀਬ ਦਾਸ ਮਹਾਰਾਜ ਜੀ ਦਾ ਸਰੂਪ ਬਾਣੀ ਦੇ ਵਿੱਚੋਂ ਸਵਤ ਹੀ ਪ੍ਰਗਟ ਹੁੰਦਾ ਹੈ। ਜਦੋਂ ਅਸੀਂ ਬਾਣੀ ਨੂੰ ਸੁਣਦੇ ਹਾਂ ਤਾਂ ਗਰੀਬ ਦਾਸ ਮਹਾਰਾਜ ਜੀ ਦਾ ਜਿਹੜਾ ਸਰੂਪ ਹੈ ਉਹਦੇ ਬਾਰੇ ਸਾਨੂੰ ਸਾਰਾ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਕੌਣ ਹੈ, ਕਿੱਥੋਂ ਆਏ ਹਨ, ਉਹਨਾਂ ਦਾ ਅਸਲੀ ਸਰੂਪ ਕਿਆ ਹੈ, ਉਹਨਾਂ ਦਾ ਅਸਲੀ ਵੇਸ ਕਿਹੜਾ ਹੈ, ਸਤਿਗੁਰੂ ਕੌਣ। ਇਸ ਲਈ ਗਰੀਬ ਦਾਸ ਮਹਾਰਾਜ ਜੀ ਦਾ ਸਰੂਪ ਬਾਣੀ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ।
ਜਿਹੜੀ ਬਾਣੀ ਨੂੰ ਪ੍ਰਾਪਤ ਹੁੰਦਾ ਹੈ ਕਬੀਰ ਸਾਹਿਬ ਮਾਤਾ ਦੇ ਸਰੂਪ ਦੇ ਬਾਰੇ ਜਿਹੜੀ ਗਿਆਨ ਇਸੀ ਬਾਣੀ ਤੋਂ ਪ੍ਰਾਪਤ ਹੁੰਦਾ ਹੈ। ਫਿਰ ਤੀਸਰੇ ਸਤਿਗੁਰੂ ਜੀ ਵਾਲੇ ਮਹਾਰਾਜ ਹਨ ਜਿਹਨਾਂ ਦੀ ਮਹਿਮਾ ਅਦਮਕਾਰ ਹੈ। ਤੀਸਰੇ ਗੁਰੂ ਸਤਿਗੁਰ ਜੀ ਪ੍ਰਗਟ ਹੋ ਕੇ ਜੀਵਨ ਉਤਾਰਨ ਵਾਸਤੇ ਜਦੋਂ ਆਏ ਉਹਨਾਂ ਨੇ ਇਸ ਬਾਣੀ ਨੂੰ ਪ੍ਰਗਟ ਕੀਤਾ। ਇਹ ਚਮਤਕਾਰ ਸਤਿਗੁਰਾਂ ਦਾ ਸਾਡੇ ਸਾਹਮਣੇ ਪ੍ਰਗਟ ਦਿਖਾਈ ਦੇ ਰਿਹਾ ਹੈ। ਉਹਨਾਂ ਦੀ ਬਾਣੀ ਜਿਸ ਨੂੰ ਕੋਈ ਇੱਥੇ ਜਾਣਦਾ ਨਹੀਂ ਥਾ, ਪਤਾ ਨਹੀਂ ਥਾ, ਅੱਜ ਉਹ ਬਾਣੀ ਇਸ ਰੂਪ ਦੇ ਵਿੱਚ ਪ੍ਰਗਟ ਹੋ ਰਹੀ ਹੈ। ਇਹ ਸਤਿਗੁਰੂ ਜੀ ਵਾਲੇ ਮਹਾਰਾਜ ਦਾ ਸਰੂਪ ਹੈ, ਉਹਨਾਂ ਦੀ ਕਿਰਪਾ ਹੈ। ਕਿਉਂਕਿ ਸਤਿਗੁਰੂ ਜੀ ਵਾਲੇ ਮਹਾਰਾਜ ਜੀ ਨੇ ਇਸੀ ਪਰਾ ਦੇ ਵਿੱਚ ਇਹ ਬਾਤ ਸੰਤਾਂ ਦੇ ਵਿੱਚ ਇਸ਼ਾਰਾ ਕੀਤਾ ਥਾ ਕਿ ਅੱਠ ਪੀੜ੍ਹੀਆਂ ਪਹਿਲਾਂ ਸਤਿਗੁਰ ਆਏ ਥੇ, ਫਿਰ ਅੱਠ ਪੀੜ੍ਹੀਆਂ ਬਾਅਦ ਫਿਰ ਸਤਿਗੁਰ ਆਉਣਗੇ। ਅਰਥਾਤ ਗਰੀਬ ਦਾਸ ਮਹਾਰਾਜ ਜੀ ਤੋਂ ਅੱਠ ਪੀੜ੍ਹੀਆਂ ਬਾਅਦ ਗਰੀਬ ਦਾਸ ਮਹਾਰਾਜ ਜੀ ਦੇ 125 ਸ਼ਿਸ਼ਾਂ ਵਿੱਚੋਂ ਸਭ ਤੋਂ ਪਿਆਰੇ ਲਾਡਲੇ ਆਗਿਆਕਾਰੀ ਭਗਤੀ ਭਾਵ ਦੇ ਪੂਰਨ ਪ੍ਰੇਮ ਦਾ ਸਰੂਪ ਪ੍ਰੇਮ ਦਾਸ ਮਹਾਰਾਜ ਹੋਏ ਹਨ। ਉਹਨਾਂ ਪ੍ਰੇਮ ਦਾਸ ਮਹਾਰਾਜ ਜੀ ਦੀ ਅੱਗੇ ਸੰਤ ਰੂਪ ਦੇ ਵਿੱਚ ਲੜੀ ਚੱਲੀ ਹੈ। ਪ੍ਰੇਮ ਦਾਸ ਜੀ ਦੇ ਗੋਬਿੰਦ ਦਾਸ, ਗੋਬਿੰਦ ਦਾਸ ਜੀ ਦੇ ਰਤਨ ਦਾਸ, ਰਤਨ ਦਾਸ ਜੀ ਦੇ ਮਿਹਰ ਦਾਸ, ਮਿਹਰ ਦਾਸ ਜੀ ਦੇ ਸਾਹਿਬ ਦਾਸ, ਸਾਹਿਬ ਦਾਸ ਜੀ ਦੇ ਬ੍ਰਹਮਦਾਸ, ਬ੍ਰਹਮਦਾਸ ਜੀ ਦੇ ਦਯਾਨੰਦ, ਦਯਾਨੰਦ ਜੀ ਦੇ ਬ੍ਰਹਮ ਸਾਗਰ ਪੂਰੀ ਵਾਲੇ ਮਹਾਰਾਜ ਅੱਠਵੇਂ ਸਰੂਪ ਨੇ। ਇਸ ਲਈ ਸਤਿਗੁਰ ਜੀ ਨੇ ਇਸ਼ਾਰਾ ਕੀਤਾ ਥਾ ਕਿ ਅੱਠ ਪੀੜ੍ਹੀਆਂ ਪਹਿਲਾਂ ਸਤਿਗੁਰ ਆਏ ਔਰ ਅੱਠ ਪੀੜ੍ਹੀਆਂ ਬਾਅਦ ਉੱਥੇ ਸਤਿਗੁਰ ਆਉਣਗੇ। ਗਰੀਬ ਦਾਸੀ ਸੰਪਰਦਾ ਦੇ ਵਿੱਚ ਇਸੀ ਸੰਤ ਪਰੰਪਰਾ ਦੇ ਵਿੱਚ ਕਿੱਥੇ ਸਤਿਗੁਰ ਪ੍ਰਗਟ ਹੋਣਗੇ ਅੱਠ ਪੀੜ੍ਹੀਆਂ ਬਾਅਦ ਹੈ, ਇਸ ਦੇ ਅਸੀਂ ਦਰਸ਼ਨ ਨਹੀਂ ਕਰ ਸਕਦੇ। ਇਸ ਲਈ ਜੋ ਅੱਠ ਪੀੜ੍ਹੀ ਤੋਂ ਬਾਅਦ ਸਤਿਗੁਰ ਜੀ ਦੁਆਰਾ ਪ੍ਰਗਟ ਹੋਏ ਗੁਰੀ ਵਾਲੇ ਮਹਾਰਾਜ ਦੇ ਰੂਪ ਵਿੱਚ ਜਿਹੜੇ ਕਹਿੰਦੇ ਸਨ ਸ਼ਰਾਣੀ ਤੋਂ ਪਿਛੜੇ ਹੋਏ ਹਨ, ਸਾਨੂੰ ਧਾਰਨ ਵਾਸਤੇ ਅਸੀਂ ਫਿਰ ਆਏ ਹਾਂ। ਐਸੇ ਸਤਿਗੁਰ ਜੀ ਦੀ ਮਹਿਮਾ ਕੋਈ ਕਥਨ ਨਹੀਂ ਕਰ ਸਕਦਾ, ਬਿਆਨ ਤੋਂ ਬਾਹਰ ਹੈ। ਤੋ ਐਸੇ ਪੂਰਨ ਬ੍ਰਹਮ ਸਤਿਗੁਰੂ ਕਬੀਰ ਸਾਹਿਬ ਕਹਿ ਦਿਓ, ਗੁਰੀ ਦਾਸ ਮਹਾਰਾਜ ਕਹਿ ਦਿਓ, ਗੁਰੀ ਵਾਲੇ ਮਹਾਰਾਜ ਕਹਿ ਦਿਓ, ਇਹਨਾਂ ਦੇ ਸਰੂਪ ਨੂੰ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਜੇ ਅਸੀਂ ਸਤਿਗੁਰਾਂ ਦੇ ਸੇਵਕ ਹਾਂ। ਜੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਵਿੱਚ ਸਾਡੀ ਭਗਤੀ ਗ੍ਰਿਹ ਕਰਨ ਦੀ ਇੱਛਾ ਹੈ, ਇਸ ਜੀਵਨ ਵਿੱਚ ਸਤਿਗੁਰਾਂ ਦੇ ਚਰਨ ਕਮਲਾਂ ਨਾਲ ਜੁੜ ਕੇ
ਜੀਵਨ ਨੂੰ ਸਫਲ ਕਰਨ ਦੀ ਇੱਛਾ ਹੈ ਤਾਂ ਸਤਿਗੁਰਾਂ ਦੇ ਸਰੂਪ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਇਸ ਲਈ ਸਤਿਗੁਰਾਂ ਦੇ ਸਰੂਪ ਨੂੰ ਜਾਣਨ ਵਾਸਤੇ ਹੀ ਸਤਸੰਗ ਹੈ। ਸਤਿਗੁਰੂ ਅਵਤਾਰ ਕਥਾ ਸਤਸੰਗ ਜਿਹੜਾ ਹੈ, ਇਸ ਵਿੱਚ ਸਤਿਗੁਰਾਂ ਦੇ ਸਰੂਪ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੈਸਾ ਕਿ ਗਰੀਬ ਦਾਸ ਮਹਾਰਾਜ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ ਬਿਆਨ ਕੀਤਾ ਹੈ। ਸੋ ਇਸ ਲਈ ਆਓ, ਇਹ ਤਿੰਨ ਦਿਨ ਦਾ ਸਮਾਗਮ ਜਿਸ ਵਿੱਚ ਸਾਰੀਆਂ ਹੀ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ, ਸਾਰੀਆਂ ਹੀ ਸੰਗਤਾਂ ਦੀ ਸੇਵਾ ਦੀ ਸਫਲੀ ਵਾਸਤੇ, ਸਾਰੀਆਂ ਹੀ ਸੰਗਤਾਂ ਦੇ ਭਲੇ ਵਾਸਤੇ ਬ੍ਰਹਮਗਿਆਨੀ ਬ੍ਰਹਮਵੇਤਾ ਪੁਰਸ਼ ਭਜਨੀਕ ਪੁਰਸ਼ ਸਵਾਮੀ ਸੰਤ ਰਾਮ ਮਹਾਰਾਜ ਜੀ, ਜਿਹਨਾਂ ਦੀ 43ਵੀਂ ਵਰਸੀ ਦਾ ਸੁੱਖ ਸਮਾਗਮ ਹੈ, ਸਾਡੇ ਪਰਮ ਪੂਜਨੀ ਹੈ ਪਰਮਾਤਮੀ ਹੈ ਗੁਰਦੇਵ ਸਵਾਮੀ ਚਰਨਦਾਸ ਪ੍ਰਚਾਰੀ ਜੀ ਮਹਾਰਾਜ ਜੀ, ਜਿਹਨਾਂ ਦੇ ਹੁਕਮ ਹੋਏ ਹਨ ਸਾਨੂੰ ਟਰੱਸਟ ਨੂੰ, ਨਗਰ ਵਾਸੀ ਸੰਗਤਾਂ ਨੂੰ, ਸਾਰੀਆਂ ਬਾਕੀਆਂ ਸੰਗਤਾਂ ਨੂੰ, ਸਭੀ ਪ੍ਰਮੁੱਖ ਸੇਵਕਾਂ ਨੂੰ ਸਤਿਗੁਰ ਜੀ ਦੀ ਬਰਸੀ ਮਨਾਉਣ ਦੇ ਜੋ ਹੁਕਮ ਹੋਏ ਹਨ, ਉਸ ਵਿੱਚ ਅਸੀਂ ਕੋਸ਼ਿਸ਼ ਕਰੀਏ ਕਿ ਸਤਿਗੁਰਾਂ ਦੇ ਅਸਲੀ ਸਰੂਪ ਨੂੰ ਜਾਣ ਕੇ ਹਿਰਦੇ ਵਿੱਚ ਧਾਰਨ ਕਰਕੇ ਉਹਨਾਂ ਦੇ ਨਾਮ ਦਾ ਸਿਮਰਨ ਕਰੀਏ। ਇਸ ਸਮਾਗਮ ਵਿੱਚ ਆ ਕੇ ਇੱਥੇ ਦਰਸ਼ਨ ਕਰਕੇ ਹਾਜ਼ਰੀ ਲਾ ਕੇ ਸਾਨੂੰ ਪੁੰਨ ਦੀ ਪ੍ਰਾਪਤੀ ਹੁੰਦੀ ਹੈ। ਉੱਥੇ ਸਤਸੰਗ ਸੁਣ ਕੇ ਜਿਹੜਾ ਪੁੰਨ ਪ੍ਰਾਪਤ ਹੁੰਦਾ ਹੈ ਉਹਦੀ ਬਾਤ ਅਲੱਗ ਹੈ, ਕਿਉਂਕਿ ਦਰਸ਼ਨ ਅਸੀਂ ਆਪਣੀ ਅੱਖਾਂ ਨਾਲ ਕਰ ਰਹੇ ਹਾਂ, ਸੇਵਾ ਹੱਥਾਂ ਨਾਲ ਕਰ ਰਹੇ ਹਾਂ, ਲੇਕਿਨ ਨਾਮ ਦਾ ਸਿਮਰਨ ਜਿਹੜਾ ਸਾਡੀ ਰੂਹ ਆਤਮਾ ਕਰੇਗੀ। ਮੂੰਹ ਨਾਲ ਨਾਮ ਸਿਮਰਨ ਨਹੀਂ ਹੁੰਦਾ, ਨਾਮ ਦਾ ਸਿਮਰਨ ਰੂਹ ਆਤਮਾ ਕਰਦੀ ਹੈ। ਇਸ ਲਈ ਰੂਹ ਆਤਮਾ ਨਾਲ ਕੀਤਾ ਹੋਇਆ ਕਾਰਜ ਉਸ ਸਾਹਿਬ ਦੇ ਚਰ ਕਮਲਾਂ ਦੇ ਨਾਲ ਜੁੜਦਾ ਹੈ। ਇਸ ਲਈ ਸਤਿਗੁਰ ਜੀ ਦਾ ਨਾਮ ਸਿਮਰਨ ਕਰਨ ਵਾਸਤੇ ਸਮਾਗਮ ਕਰ ਸ਼੍ਰੀ ਨੇ ਸਾਧਵਾਦ ਆਉਂਦਾ ਹੈ। ਕੋਈ ਨਗਰ ਵਾਸੀਆਂ ਨੂੰ ਕੁਛ ਸਵਸਥ ਜਿਹੜਾ ਹੈ ਥੋੜ੍ਹਾ ਢਿੱਲਾ ਹੋਣ ਕਰਕੇ ਮੈਂ ਰਾਤ ਨਹੀਂ ਕਹਿ ਸਕਿਆ। ਸੋ ਸਭੀ ਪਿੰਡ ਵਾਸੀ ਸੰਗਤ ਨੂੰ ਮੈਂ ਸਭ ਤੋਂ ਪ੍ਰਥਮ ਬੇਨਤੀ ਕਰਦਾ ਹਾਂ, ਇਹ ਸਮਾਗਮ ਹੈ ਸ਼ੁਰੂ ਹੋ ਰਿਹਾ, ਇਹਦੇ ਵਿੱਚ ਸਭੀ ਸੰਗਤਾਂ ਤਨ ਮਨ ਧਨ ਦੇ ਨਾਲ ਸਤਿਗੁਰ ਦੇ ਦਰਬਾਰ ਵਿੱਚ ਪਹੁੰਚ ਕੇ ਸਮਾਗਮ ਵਿੱਚ ਆਪਣਾ ਯੋਗਦਾਨ ਕਰੋ। ਬਦਮੀਸ਼ਵਰ ਮਾਤਾ ਜੀ ਦੇ ਤਿੰਨ ਸ਼੍ਰੀ ਅਖੰਡ ਪਾਠ ਪ੍ਰਾਰੰਭ ਹੋ ਰਹੇ ਹਨ, ਇਸ ਦੇ ਨਾਲ ਹੀ
ਬਾਣੀ ਦੇ ਖੰਡ ਪਾਠ ਪਡਾਰਾ ਸਤਸੰਗ ਚੱਲਦਾ ਰਹੇਗਾ। ਸੋ ਆਈਆਂ ਹੋਈਆਂ ਸੰਗਤਾਂ ਦੇ ਸਤਸੰਗੀਆਂ ਦੇ ਦਰਸ਼ਨ ਕਰਕੇ ਸੇਵਾ ਕਰਕੇ ਸਮਾਗਮ ਵਿੱਚ ਰਾਜੀਆਂ ਭਰਤੀਆਂ ਮਲਾ ਮਿਠਾਈਏ। ਗੁਰੂਦੇਵ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਸਭੀ ਸੰਗਤਾਂ ਦਾ ਸਹਿਯੋਗ ਸਮਾਗਮ ਵਿੱਚ ਹੋ ਰਿਹਾ ਹੈ। ਸਾਡੇ ਪਰਮ ਪੂਜਨੀਏ ਪਰਮਾਦਰਨੀਏ ਬਜ਼ੁਰਗ ਮਹਾਨ ਪੁਰਸ਼ ਸਵਾਮੀ ਲਾਲ ਦਾਸ ਮਹਾਰਾਜ ਜੀ ਦੇ ਸਭ ਤੋਂ ਵੱਡੇ ਦੇਸ਼ ਸ਼ਿਸ਼ ਜਿਹੜੇ ਹਨ ਸਵਾਮੀ ਗੁਰਮਾਨੰਦ ਮਹਾਰਾਜ ਜੀ ਪਧਾਰੇ ਹਨ। ਮਾਤਾ ਜੀ ਦਾ ਬਹੁਤ ਬਹੁਤ ਆਇਆਂ ਦਾ ਅਭਿਨੰਦਨ ਹੈ, ਆਦਰ ਧੰਨਵਾਦ ਹੈ। ਇਸ ਤੋਂ ਇਲਾਵਾ ਮਹਾਨ ਪੁਰਸ਼ ਪਾਠ ਕਰਨ ਵਾਸਤੇ ਪਹੁੰਚੇ ਹਨ, ਪਾਠੀ ਪਾਠ ਕਰਨ ਵਾਸਤੇ ਪਹੁੰਚੇ ਹਨ। ਸਭੀ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਸੰਪਰਕ ਲਾਏ ਜਾ ਰਹੇ ਹਨ। ਪੂਰਨ ਧੰਨ ਕਿਰਪਾ ਨਿਧਾਨ ਸੁਣ ਕੇ ਸ਼ੋ ਕਰਤਾਰ ਗਰੀਬ ਦਾਸ ਮਸ਼ੀਨ ਦੀ ਰੱਖਿਓ ਬਹੁਤ ਸਮਾਰ ਤੋਂ ਸਭੀ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਸੰਪਰਕ ਵੀ ਮਹਾਨ ਪੁਰਸ਼ ਪਾਠੀ ਸਾਧ ਸਾਧ ਬੋਲਣਗੇ ਤੋਂ ਬੰਦੀਸ਼ਵਰ ਮਾਤਾ ਜੀ ਦੇ ਅਖੰਡ ਜਾਪ ਪ੍ਰਾਰੰਭ ਹੋ ਰਹੇ ਹਨ। ਮੈਂ ਸਤਿਗੁਰ ਬੰਦੀਸ਼ਵਰ ਮਹਾਰਾਜ, ਕਬੀਰ ਸਾਹਿਬ ਮਾਤਾ ਜੀ, ਗਰੀਬ ਦਾਸ ਮਾਤਾ ਜੀ, ਉਹਦੀ ਵਾਰਿਕ ਮਹਾਰਾਜ ਜੀ ਸਰਬ ਜੀ ਦੇ ਚਰਨ ਕਮਲਾਂ ਚ, ਗੁਰਦੇਵ ਸਵਾਮੀ ਸੰਤ ਰਾਮ ਮਾਤਾ ਜੀ, ਗੁਰਦੇਵ ਸਵਾਮੀ ਚਰਨ ਦਾਸ ਮਾਤਾ ਜੀ ਸਰਬ ਜੀ ਦੇ ਚਰਨਾਂ ਚ ਪ੍ਰਾਰਥਨਾ ਕਰਦਾ ਹਾਂ ਕਿ ਆਪ ਸਭੀ ਸਾਨੂੰ ਸਭੀ ਸੰਗਤਾਂ ਨੂੰ ਆਸ਼ੀਰਵਾਦ ਦਿਓ, ਕਿਰਪਾ ਕਰਿਓ, ਆਪਣਾ ਆਗਿਆ ਬਖਸ਼ਿਸ਼ ਕਰਿਓ ਸਤਿਗੁਰੂ ਜੀ, ਤਾਂ ਕਿ ਆਪ ਜੀ ਅਮਰ ਮੈਂ ਬਾਣੀ ਦੇ ਅਖੰਡ ਜਾਪ ਪ੍ਰਾਰੰਭ ਕੀਤੇ ਜਾਣ। ਬੋਲੀਏ ਬੰਦੀਸ਼ਵਰ ਮਹਾਰਾਜ ਕੀ ਹੈ। ਪਾਠ ਪ੍ਰਕਾਸ਼ ਦੀ ਸਰਬ ਸਾਰੇ ਸਭੀ ਸੰਗਤਾਂ ਨੇ ਖੜੇ ਹੋ ਕੇ ਪਹਿਲਾਂ ਸਤਿਗੁਰੂ ਜੀ ਦਾ ਜੋ ਮੂਲ ਮੰਤਰ ਹੈ, ਸਤਿਗੁਰੂ ਗਰੀਬ ਦਾਸ ਮਹਾਰਾਜ ਜੀ ਦੇ ਮੁੱਖ ਤੋਂ ਮੂਲ ਮੰਤਰ ਦੇ ਰੂਪ ਵਿੱਚ ਉਸ ਸਹਿਰ ਦੇ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਚਰਨ ਕਮਲਾਂ ਦੀ ਉਸਤਤੀ ਕਰਦੇ ਹੋਏ ਔਰ ਗੁਰੂਆਂ ਦੀ ਉਸਤਤੀ ਵਿੱਚ, ਸਭੀ ਸੰਤਾਂ ਦੀ ਉਸਤਤੀ ਵਿੱਚ ਜਿਹੜੇ ਇਸ ਵੇਲੇ ਮੌਜੂਦ ਸੰਤ ਹਨ ਉਹਨਾਂ ਦੀ ਉਸਤਤੀ ਵਿੱਚ ਜਿਹੜੇ ਪਹਿਲਾਂ ਮਹਾਨ ਪੁਰਸ਼ ਹੋ ਚੁੱਕੇ ਹਨ ਉਹਨਾਂ ਦੀ ਉਸਤਤੀ ਵਿੱਚ, ਆਉਣ ਵਾਲੇ ਸਮੇਂ 'ਚ ਜਿਹੜੇ ਮਹਾਨ ਪੁਰਸ਼ ਹੋਣਗੇ ਉਹਨਾਂ ਦੀ ਉਸਤਤੀ ਵਿੱਚ ਸਤਿਗੁਰੂ ਜੀ ਨੇ ਮੂਲ ਮੰਤਰ ਉਚਾਰਨ ਕੀਤਾ। ਉਸ ਮੂਲ ਮੰਤਰ ਦਾ ਸ਼ਬਦ ਜਿਹੜਾ ਹੈ ਬੰਦਰਾਂ ਦੇ ਰੂਪ ਵਿੱਚ ਉਚਾਰਨ ਕੀਤਾ ਜਾਵੇਗਾ। ਗੁਰੂ ਜੀ ਨੇ ਸਰਬ ਦੇ ਆਗੇ ਅਸੀਂ
Yeah.
Amen.
ਅੰਮ੍ਰਿਤ ਲਗਾਣੀ ਦੇ ਪਤੰਗ ਜਾਪ ਕਰਨ ਤੋਂ ਪਹਿਲਾਂ ਮੈਂ ਸਤਿਗੁਰ ਬੰਦੀਸ਼ੋਰ ਮਹਾਰਾਜ ਸਾਹਿਬ ਜੀ ਦੇ ਸਭੀ ਸ਼ਰਧਾ ਜੋ ਸਭੀ ਪ੍ਰਮੁੱਖ ਸੇਵਕ ਸਭੀ ਸੰਗਤਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਸਹਿਯੋਗ ਜੀ ਦੀ ਅਤੀ ਪਾਵਨ ਇਸ ਕਲਯੁਗ ਦੇ ਵਿੱਚ ਪ੍ਰਾਣੀਆਂ ਨੂੰ ਉਤਾਰਨੇ ਵਾਲੀ ਅਮਰ ਮਿੰਦਰਮ ਬਾਣੀ ਸਤਵਾਨ ਵਾਸਤੇ ਸਾਡੀ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਆਪਣੀ ਮੇਹ ਕਮਾਈ ਵਿੱਚੋਂ ਬਾਣੀ ਵਿੱਚ ਸੇਵਾ ਪਾਈ ਹੈ। ਪਿਛਲੇ ਅਪ੍ਰੈਲ ਮਹੀਨੇ ਤੋਂ ਸਤਿਗੁਰ ਬੰਦੀਸ਼ੋਰ ਮਹਾਰਾਜ ਗੁਰੂ ਸਾਹਿਬ ਜੀ ਬੁਰੀ ਵਾਲੇ ਮਹਾਰਾਜ ਜੀ ਦੀ ਮਹਾਨ ਕਿਰਪਾ ਦਿਆ ਨਾਲ ਇਹ ਕਾਰਜ ਸ਼ੁਰੂ ਹੋਇਆ ਥਾ। ਗੁਰੂ ਦੇਵ ਮਹਾਰਾਜ ਜੀ ਦੇ ਨਿਰਵਾਣ ਦਿਵਸ ਤੇ ਸਭੀ ਸੰਗਤਾਂ ਨੂੰ ਇਸ ਸੇਵਕ ਵੱਲੋਂ ਬੇਨਤੀ ਹੋਈ ਸੀ। ਉਹ ਕਾਰਜ ਪੂਰਨ ਹੋ ਚੁੱਕਿਆ ਹੈ। ਬਾਣੀ ਸ਼ਬਦ ਕਰ ਤਿਆਰ ਹੋ ਗਈ ਹੈ। ਨਿਰਵਿਘਨ ਬਹੁਤ ਸੁੰਦਰ ਰੂਪ ਦੇ ਵਿੱਚ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸ਼ਬਦ ਕਰ ਦਰਬਾਰ ਸਾਹਿਬ ਤਿਆਰ ਹੋ ਗਏ ਹਨ, ਜਿਸ ਕਰਕੇ ਇਸ ਸਮਾਗਮ ਦੇ ਵਿੱਚ ਪਰਸੋਂ ਨੂੰ ਸ਼੍ਰੀ ਮਨ ਦਿਆ ਸਾਗਰ ਮਹਾਰਾਜ ਜੀ ਸ਼੍ਰੀ ਮਿਹਰਬਾਨ ਸਾਹਿਬ ਸੁਨਾਣੀ ਧਾਮ ਵਾਲੇ ਉਦਘਾਟਨ ਕਰਨਗੇ, ਵਿਮੋਚਨ ਕਰਨਗੇ ਔਰ ਅੱਜ ਹੋਈ ਸਤਿਗੁਰਾਂ ਦੀ ਨਵੀਂ ਛੱਪੀ ਹੋਈ ਬਾਣੀ ਦੇ ਦਰਬਾਰ ਸਾਹਿਬ ਜਾ ਰਹੇ ਹਨ। ਇਸ ਕਰਕੇ ਮੈਂ ਇਸ ਬਾਣੀ ਦੇ ਵਿੱਚ ਸਭੀ ਸਹਿਯੋਗੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਬਾਣੀ ਦੇ ਵਿੱਚ ਆਪਣੀ ਨੇਕ ਕਮਾਈ ਵਿੱਚੋਂ ਹਿੱਸਾ ਪਾ ਕੇ ਇਸ ਨੂੰ ਪੂਰਨ ਕਰਨ ਦੇ ਵਿੱਚ ਸਹਿਯੋਗ ਦਿੱਤਾ ਹੈ। ਸਤਿਗੁਰ ਸਾਹਿਬ ਪਰਮੇਸ਼ਵਰ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਬਹੁਤ ਲੰਬੇ ਸਮੇਂ ਤੱਕ ਇਹ ਸੰਗਤਾਂ ਦੇ ਦਿਲ ਦੇ ਵਿੱਚ ਗਿਆਨ ਨੂੰ ਜਾਗਰੂਕ ਕਰਨ ਦਾ ਕੰਮ ਕਰਦੀ ਰਹੇਗੀ। ਸਾਡੇ ਮਾਨਸ ਸਤਿਗੁਰਾਂ ਦੀ ਅਸਲੀ ਨਿਸ਼ਾਨੀ ਅੱਜ ਬਾਣੀ ਹੀ ਹੈ। ਬਾਣੀ ਦੇ ਅੱਗੇ ਹੀ ਅਸੀਂ ਦੰਡੌਤ ਕਰਦੇ ਹਾਂ,
ਬਾਣੀ ਦੇ ਹੀ ਭੋਗ ਪਾਉਂਦੇ ਹਾਂ, ਬਾਣੀ ਵਿੱਚੋਂ ਹੀ ਆਰਜੀ ਕਰਦੇ ਹਾਂ। ਅਗਰ ਬਾਣੀ ਨਹੀਂ ਤਾਂ ਕੁਛ ਵੀ ਨਹੀਂ, ਇਸ ਲਈ ਬਾਣੀ ਹੀ ਸਭ ਕੁਛ ਹੈ ਔਰ ਸਤਿਗੁਰ ਦਾ ਰੂਪ ਵੀ ਬਾਣੀ ਹੀ ਹੈ। ਸ਼ਬਦ ਗਵਾਸ ਆਕਾਸ਼ ਬਾਣੀ ਇਹ ਸਤਿਗੁਰ ਦਾ ਰੂਪ ਹੈ, ਇਹ ਆਕਾਸ਼ ਬਾਣੀ ਹੈ, ਅੰਤਰੂਪ ਬਾਣੀ ਹੈ ਜਿਹੜੀ ਸ਼ਬਦ ਰੂਪ ਦੇ ਵਿੱਚ ਸਤਿਗੁਰ ਜੀ ਨੇ ਪ੍ਰਗਟ ਕੀਤੀ ਹੈ। ਇਸ ਨੂੰ ਪ੍ਰਗਟ ਕਰਕੇ ਸਤਿਗੁਰ ਜੀ ਸ਼ਬਦ ਦੇ ਵਿੱਚ ਬਾਣੀ ਦੇ ਵਿੱਚ ਖੁਦ ਹੀ ਸਮਾਏ ਹੋਏ ਹਨ। ਇਸ ਲਈ ਮੈਂ ਸਾਰੀ ਹੀ ਰਾਮ ਪ੍ਰਤਾਮ ਦੀ ਸੰਗਤ ਜਾਂ ਇਸ ਤੋਂ ਇਲਾਵਾ ਹਰਿਆਣੇ ਵਿੱਚ